ਪੁਰਾਣੇ ਸਮੇਂ ਦੀ ਗੱਲ ਹੈ, ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਕੁੜੀ ਰਹਿੰਦੀ ਸੀ। ਉਹ ਕੁੜੀ ਖਾਸ ਸੋਹਣੀ ਨਹੀਂ ਸੀ ਤੇ ਉਹ ਤਾਂ ਦੁਨੀਆ ਤੇ ਵੀ ਕੋਈ ਨਹੀਂ ਸੀ। ਉਹ ਇਕੱਲੀ ਹੀ ਰਹਿੰਦੀ, ਖੁਦ ਮਿਹਨਤ ਕਰਦੀ ਅਤੇ ਆਪਣੇ ਦੋ ਵੇਲੇ ਦੀ ਰੋਟੀ ਦਾ ਪ੍ਰਬੰਧ ਕਰ ਲੈਂਦੀ। ਉਦਾਂ ਤਾਂ ਉਸਨੂੰ ਦੋ ਵੇਲੇ ਦੀ ਰੋਟੀ ਮਿਲ ਹੀ ਜਾਂਦੀ ਸੀ, ਪਰ ਫਿਰ ਵੀ ਉਹ ਆਪਣੇ ਆਪ ਤੋਂ ਖੁਸ਼ ਨਹੀਂ ਸੀ। ਉਹਨੂੰ ਦੁਨੀਆ ਵਿੱਚ ਸਾਰੇ ਲੋਕ ਸੁਖੀ ਨਜ਼ਰ ਆਉਂਦੇ ਸਨ, ਸਾਰੇ ਲੋਕ ਖੁਸ਼ਹਾਲ ਨਜ਼ਰ ਆਉਂਦੇ ਸੀ। ਦੂਸਰਿਆਂ ਦੀ ਜ਼ਿੰਦਗੀ ਦੇਖ ਕੇ ਉਹ ਆਪਣੇ ਆਪ ਨੂੰ ਕੋਸਦੀ ਰਹਿੰਦੀ ਤੇ ਕਹਿੰਦੀ, ਉਹ ਮੇਰਿਆ ਰੱਬਾ, ਤੂੰ ਸਭ ਨੂੰ ਖੁਸ਼ਹਾਲ ਬਣਾਇਆ ਹੈ, ਸਾਰਿਆਂ ਨੂੰ ਸੁੱਖ ਦਿੱਤਾ ਹੈ, ਸਭ ਨੂੰ ਸੋਹਣਾ ਬਣਾਇਆ ਹੈ, ਤੇ ਮੈਨੂੰ ਕਿਉਂ? ਆਖਿਰ ਮੇਰੇ ਤੋਂ ਕੀ ਗਲਤੀ ਹੋਈ ਹੈ? ਮੈਂ ਜਾਣਦੀ ਹਾਂ ਕਿ ਤੂੰ ਮੇਰੇ ਤੋਂ ਕੋਈ ਬਦਲਾ ਲੈ ਰਿਹਾ ਹੈ। ਇਸੇ ਤਰ੍ਹਾਂ ਇੱਕ ਦਿਨ ਉਹ ਆਪਣੇ ਆਪ ਤੋਂ ਨਾਰਾਜ਼ ਹੋ ਕੇ, ਨਿਰਾਸ਼ ਹੋ ਕੇ ਇੱਕ ਰੁੱਖ ਹੇਠਾਂ ਬੈਠੀ ਸੀ ਅਤੇ ਰੋ ਰਹੀ ਸੀ। ਤਾਂ ਉੱਥੇ ਇੱਕ ਮਹਾਤਮਾ ਗੁਜ਼ਰ ਰਹੇ ਸੀ ਜੋ ਬਹੁਤ ਪਹੁੰਚੇ ਹੋਏ ਸੀ। ਉਹਨਾਂ ਨੇ ਜਦੋਂ ਉਸ ਕੁੜੀ ਨੂੰ ਰੋਂਦੇ ਹੋਏ ਦੇਖਿਆ ਤਾਂ ਉਸ ਕੋਲ ਆਏ ਤੇ ਪੁੱਛਿਆ, ਬੇਟਾ ਕੀ ਗੱਲ ਹੈ, ਤੂੰ ਕਿਉਂ ਰੋ ਰਹੀ ਹੈ? ਜਵਾਬ ਦਿੰਦਿਆਂ ਉਹ ਕੁੜੀ ਕਹਿੰਦੀ ਹੈ, ਮਹਾਤਮਾ ਮੈਨੂੰ ਕੋਈ ਪਿਆਰ ਨਹੀਂ ਕਰਦਾ, ਮੈਨੂੰ ਕੋਈ ਪਸੰਦ ਨਹੀਂ ਕਰਦਾ, ਕਿਉਂਕਿ ਮੈਂ ਬਦਸੂਰਤ ਹਾਂ, ਮੈਂ ਸੋਹਣੀ ਨਹੀਂ ਹਾਂ ਤੇ ਮੇਰੇ ਰੰਗ ਨੂੰ ਲੈ ਕੇ ਲੋਕ ਮਜ਼ਾਕ ਉਡਾਉਂਦੇ ਨੇ। ਮੇਰਾ ਕੋਈ ਨਹੀਂ ਹੈ, ਮੇਰੇ ਕੋਲ ਤਾਂ ਧਨ ਵੀ ਨਹੀਂ ਹੈ। ਇਸ ਦੁਨੀਆ ਵਿੱਚ ਹਰੇਕ ਨੂੰ ਹਰ ਇੱਕ ਚੀਜ਼ ਮਿਲ ਜਾਂਦੀ ਹੈ, ਪਰ ਹਰ ਕੋਈ ਸੁਖੀ ਹੈ। ਸਾਰੇ ਆਪੋ ਆਪਣੇ ਜੀਵਨ ਵਿੱਚ ਖੁਸ਼ਹਾਲੀ ਨਾਲ ਜੀ ਰਹੇ ਨੇ, ਸਭ ਦੇ ਕੋਲ ਸਭ ਕੁਝ ਹੈ, ਪਰ ਮੇਰੇ ਕੋਲ ਕੁਝ ਵੀ ਨਹੀਂ ਹੈ। ਆਖਿਰ ਮੈਂ ਕੀਤਾ ਕੀ ਹੈ? ਮੇਰਾ ਕਸੂਰ ਕੀ ਹੈ? ਮੈਨੂੰ ਕਿਉਂ ਸੁਖੀ ਹੋਣ ਦਾ ਹੱਕ ਨਹੀਂ ਹੈ? ਮੈਨੂੰ ਕਿਉਂ ਆਪਣੀ ਜ਼ਿੰਦਗੀ ਨੂੰ ਖੁਸ਼ਹਾਲੀ ਨਾਲ ਜੀਣ ਦਾ ਹੱਕ ਨਹੀਂ ਹੈ? ਮਹਾਤਮਾ ਨੇ ਉਸ ਕੁੜੀ ਦੀਆਂ ਸਾਰੀਆਂ ਗੱਲਾਂ ਸੁਣੀਆਂ ਤੇ ਫਿਰ ਉਸ ਕੁੜੀ ਨੂੰ ਬੋਲੇ, ਬੇਟਾ ਜੇ ਤੂੰ ਮੈਨੂੰ ਉਸ ਬੰਦੇ ਨਾਲ ਮਿਲਵਾ ਦੇਵੇਂ ਜੋ ਆਪਣੇ ਜੀਵਨ ਵਿੱਚ ਪੂਰੀ ਤਰ੍ਹਾਂ ਸੁਖੀ ਹੈ, ਤਾਂ ਮੈਂ ਤੈਨੂੰ ਇੱਕ ਐਸੀ ਚੀਜ਼ ਦੇਵਾਂਗਾ ਜਿਹਦੇ ਨਾਲ ਤੂੰ ਸੋਹਣੀ ਵੀ ਹੋ ਜਾਵੇਂਗੀ ਤੇ ਸੁਖੀ ਵੀ ਰਹੇਂਗੀ। ਮਹਾਤਮਾ ਦੇ ਮੂੰਹੋਂ ਇਹ ਗੱਲ ਸੁਣ ਕੇ ਉਹ ਕੁੜੀ ਬਹੁਤ ਖੁਸ਼ ਹੋਈ ਤੇ ਤੁਰੰਤ ਬੋਲੀ, ਮਹਾਤਮਾ ਕੀ ਇਹ ਸੱਚਮੁੱਚ ਹੋ ਸਕਦਾ ਹੈ? ਮਹਾਤਮਾ ਬੋਲੇ, ਹਾਂ ਜ਼ਰੂਰ। ਫਿਰ ਉਹ ਕੁੜੀ ਖੁਸ਼ੀ ਖੁਸ਼ੀ ਕਹਿੰਦੀ ਹੈ, ਜੇ ਸੱਚਿਓ ਇਹ ਸੰਭਵ ਹੈ ਤਾਂ ਮੈਂ ਇੱਕ ਅਜਿਹੇ ਬੰਦੇ ਨੂੰ ਜਾਣਦੀ ਹਾਂ ਜੋ ਬਹੁਤ ਜ਼ਿਆਦਾ ਸੁਖੀ ਹੈ, ਮੈਂ ਉਸਨੂੰ ਹੁਣੇ ਇੱਥੇ ਲੈ ਕੇ ਆਉਂਦੀ ਹਾਂ। ਇੰਨਾ ਕਹਿ ਕੇ ਉਹ ਕੁੜੀ ਉੱਥੋਂ ਦੌੜੀ ਦੌੜੀ ਆਪਣੇ ਮਾਲਕ ਕੋਲ ਗਈ, ਜਿਹਦੇ ਕੋਲ ਉਹ ਕੰਮ ਕਰਦੀ ਸੀ। ਉਹ ਇੱਕ ਕਿਸਾਨ ਸੀ। ਉਸਨੇ ਉਸ ਕਿਸਾਨ ਨੂੰ ਕਿਹਾ ਕਿ ਤੁਸੀਂ ਮੇਰੇ ਨਾਲ ਚੱਲੋ, ਮੈਨੂੰ ਇੱਕ ਮਹਾਤਮਾ ਮਿਲੇ ਨੇ ਜਿਨ੍ਹਾਂ ਨੂੰ ਮੈਂ ਤੁਹਾਡੇ ਨਾਲ ਮਿਲਾਉਣਾ ਚਾਹੁੰਦੀ ਹਾਂ। ਉਹਨਾਂ ਕਿਹਾ ਕਿ ਮੈਂ ਸੁਖੀ ਬੰਦੇ ਨੂੰ ਉਹਨਾਂ ਕੋਲ ਲਿਆਵਾਂਗੀ ਤਾਂ ਉਹ ਮੈਨੂੰ ਸੋਹਣੀ ਵੀ ਬਣਾ ਦੇਣਗੇ ਅਤੇ ਸੁਖੀ ਵੀ ਬਣਾ ਦੇਣਗੇ। ਕਿਸਾਨ ਨੇ ਉਸ ਕੁੜੀ ਦੀ ਗੱਲ ਸੁਣੀ ਤੇ ਸੁਣ ਕੇ ਦੁਖੀ ਹੋ ਜਾਂਦਾ ਹੈ ਤੇ ਕਹਿੰਦਾ ਹੈ ਕਿ ਮੈਂ ਤੈਨੂੰ ਕਿੱਥੋਂ ਸੁਖੀ ਲੱਗਦਾ ਹਾਂ? ਕੁੜੀ ਬੋਲੀ, ਤੁਹਾਡੇ ਕੋਲ ਤਾਂ ਸਭ ਕੁਝ ਹੈ, ਚੰਗਾ ਖਾਣ ਪੀਣ ਹੈ, ਰਹਿਣ ਸਹਿਣ ਹੈ, ਮਕਾਨ ਹੈ, ਸਭ ਕੁਝ ਤਾਂ ਹੈ, ਤੁਹਾਡਾ ਆਪਣਾ ਪਰਿਵਾਰ ਹੈ ਤੇ ਹੋਰ ਤਾਂ ਹੋਰ, ਤੁਹਾਡੇ ਕੋਲ ਕਿੰਨਾ ਧਨ ਹੈ, ਤੁਸੀਂ ਦੁਖੀ ਕਿਵੇਂ ਹੋ ਸਕਦੇ ਹੋ? ਕਿਸਾਨ ਨੇ ਜਵਾਬ ਦਿੰਦੇ ਹੋਏ ਬੋਲਿਆ, ਮੇਰੀ ਫਸਲ ਚੰਗੀ ਨਹੀਂ ਹੋਈ, ਇਸ ਕਰਕੇ ਮੈਨੂੰ ਉਸਦੇ ਚੰਗੇ ਭਾਅ ਨਹੀਂ ਮਿਲ ਰਹੇ, ਰਾਜੇ ਨੂੰ ਵਸੂਲੀ ਵੀ ਦੇਣੀ ਪੈਂਦੀ ਹੈ, ਮੇਰੇ ਕੋਲ ਹੁਣ ਇੰਨੇ ਪੈਸੇ ਵੀ ਨਹੀਂ ਰਹੇ ਕਿ ਮੈਂ ਚੰਗੇ ਕਿਸਮ ਦੇ ਬੀਜ ਲਿਆ ਸਕਾਂ, ਇਸ ਲਈ ਇਸ ਵਾਰ ਮੀਂਹ ਪੈ ਜਾਂਦਾ ਹੈ ਤੇ ਮੇਰੀ ਸਾਰੀ ਫਸਲ ਖਰਾਬ ਹੋ ਚੁੱਕੀ ਹੈ, ਹੁਣ ਮੇਰੇ ਹਾਲਾਤ ਹੋਰ ਵੀ ਖਰਾਬ ਹੋ ਜਾਣਗੇ, ਇਹੋ ਜਿਹੇ ਹਾਲਾਤਾਂ ਵਿੱਚ ਮੈਂ ਸੁਖੀ ਕਿਵੇਂ ਰਹਿ ਸਕਦਾ ਹਾਂ? ਹਾਂ, ਤੂੰ ਕਿਸੇ ਹੋਰ ਨੂੰ ਲੱਭ ਲੈ ਜੋ ਅਸਲ ਵਿੱਚ ਸੁਖੀ ਹੋਵੇ। ਕੁੜੀ ਨੇ ਪੁੱਛਿਆ, ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਤੁਹਾਡੇ ਮੁਤਾਬਕ ਸੁਖੀ ਸਭ ਤੋਂ ਵੱਧ ਕੌਣ ਹੈ?
ਜਿਸ ਨੂੰ ਮੈਂ ਆਪਣੇ ਨਾਲ ਲਿਜਾ ਸਕਦੀ ਹਾਂ। ਕਿਸਾਨ ਕੁਝ ਚਿਰ ਸੋਚਦਾ ਰਿਹਾ ਤੇ ਫਿਰ ਕਹਿਣ ਲੱਗਾ, ਮੈਨੂੰ ਲੱਗਦਾ ਹੈ ਕਿ ਵਪਾਰੀ ਸਭ ਤੋਂ ਵੱਧ ਸੁਖੀ ਨੇ। ਉਹਨਾਂ ਨੂੰ ਫਸਲ ਉਗਾਉਣ ਦੀ ਕੋਈ ਚਿੰਤਾ ਨਹੀਂ ਹੁੰਦੀ ਤੇ ਨਾ ਹੀ ਫਸਲ ਦੀ ਸਾਂਭ ਸੰਭਾਲ ਕਰਨ ਦੀ। ਉਹਨਾਂ ਨੇ ਤਾਂ ਸਿਰਫ ਫਸਲ ਨੂੰ ਖਰੀਦਣਾ ਹੁੰਦਾ ਹੈ ਤੇ ਉਹ ਕਿਸੇ ਵੀ ਜਗ੍ਹਾ ਤੋਂ ਖਰੀਦ ਸਕਦੇ ਨੇ। ਉਹ ਹੋਰ ਚੀਜ਼ਾਂ ਦਾ ਵੀ ਵਪਾਰ ਕਰ ਸਕਦੇ ਨੇ ਜਿਨ੍ਹਾਂ ਦਾ ਮੌਸਮ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੁੰਦਾ ਤੇ ਉਹ ਸਾਡੇ ਨਾਲੋਂ ਕਿਤੇ ਵੱਧ ਸੁਖੀ ਹੁੰਦੇ ਨੇ ਤੇ ਵੱਧ ਕਮਾਉਂਦੇ ਨੇ। ਲੋਕ ਉਹਨਾਂ ਦਾ ਆਦਰ ਸਤਿਕਾਰ ਵੀ ਕਰਦੇ ਨੇ ਤੇ ਮੈਨੂੰ ਲੱਗਦਾ ਹੈ ਕਿ ਉਹ ਸਭ ਤੋਂ ਵੱਧ ਸੁਖੀ ਨੇ। ਤੂੰ ਉਹਨਾਂ ਕੋਲ ਜਾ, ਕੁੜੀ ਨੇ ਆਪਣੇ ਮਾਲਕ ਦੀ ਗੱਲ ਸੁਣੀ ਤੇ ਦੌੜੀ ਦੌੜੀ ਇੱਕ ਵਪਾਰੀ ਕੋਲ ਚਲੀ ਗਈ। ਵਪਾਰੀ ਕੋਲ ਜਾ ਕੇ ਕੁੜੀ ਨੇ ਕਿਸਾਨ ਵਾਲੀ ਸਾਰੀ ਗੱਲ ਵਪਾਰੀ ਨੂੰ ਦੱਸੀ ਅਤੇ ਕਿਹਾ, ਕੀ ਤੁਸੀਂ ਮੇਰੇ ਨਾਲ ਮਹਾਤਮਾ ਕੋਲ ਜਾ ਸਕਦੇ ਹੋ? ਮੈਨੂੰ ਇੱਕ ਮਹਾਤਮਾ ਮਿਲੇ ਨੇ ਜਿਨ੍ਹਾਂ ਨੂੰ ਮੈਂ ਤੁਹਾਡੇ ਨਾਲ ਮਿਲਾਉਣਾ ਚਾਹੁੰਦੀ ਹਾਂ। ਵਪਾਰੀ ਕੁੜੀ ਦੀ ਗੱਲ ਸੁਣ ਕੇ ਬੋਲਿਆ, ਸੁਖੀ? ਤੈਨੂੰ ਮੈਂ ਕਿਹੜੇ ਪਾਸਿਓਂ ਸੁਖੀ ਲੱਗਦਾ ਹਾਂ? ਸਾਡੇ ਜੀਵਨ ਵਿੱਚ ਕਿੱਥੇ ਸੁੱਖ ਹੈ, ਹਰ ਪਾਸੇ ਦੁੱਖ ਹੀ ਦੁੱਖ ਨੇ। ਚੋਰ, ਡਾਕੂ, ਸਭ ਤੋਂ ਸਾਵਧਾਨ ਰਹਿਣਾ ਪੈਂਦਾ ਹੈ। ਵਪਾਰ ਵਿੱਚ ਵੀ ਕਾਫ਼ੀ ਨੁਕਸਾਨ ਚੱਲ ਰਿਹਾ ਹੈ। ਉੱਪਰੋਂ ਰਾਜਾ ਸਾਡੇ ਤੋਂ ਵਾਧੂ ਕਰਜ਼ ਵਸੂਲ ਕਰ ਰਿਹਾ ਹੈ, ਜਿਸ ਕਰਕੇ ਵਪਾਰ ਵਿੱਚ ਕਾਫ਼ੀ ਨੁਕਸਾਨ ਹੋ ਰਿਹਾ ਹੈ। ਸਾਨੂੰ ਸੁਰੱਖਿਆ ਵੀ ਪੂਰੀ ਨਹੀਂ ਮਿਲਦੀ। ਜ਼ਿੰਦਗੀ ਵਿੱਚ ਹਰ ਵਕਤ ਕੋਈ ਨਾ ਕੋਈ ਡਰ ਬਣਿਆ ਰਹਿੰਦਾ ਹੈ। ਮੈਨੂੰ ਤਾਂ ਇਹ ਲੱਗਦਾ ਹੈ ਕਿ ਮੇਰੇ ਤੋਂ ਵੱਧ ਦੁਖੀ ਇਸ ਦੁਨੀਆਂ ਵਿੱਚ ਕੋਈ ਨਹੀਂ ਹੋਵੇਗਾ। ਕੁੜੀ ਇਹ ਸੁਣ ਕੇ ਹੈਰਾਨ ਹੋਈ ਤੇ ਬੋਲੀ, ਕੀ ਤੁਸੀਂ ਕਿਸੇ ਐਸੇ ਇਨਸਾਨ ਨੂੰ ਜਾਣਦੇ ਹੋ ਕਿ ਜੋ ਸਭ ਤੋਂ ਵੱਧ ਸੁਖੀ ਹੋਵੇ? ਤਾਂ ਵਪਾਰੀ ਬੋਲਿਆ, ਮੈਨੂੰ ਲੱਗਦਾ ਹੈ ਕਿ ਰਾਜ ਦੇ ਅਧਿਕਾਰੀ ਸਭ ਤੋਂ ਵੱਧ ਸੁਖੀ ਨੇ। ਉਹਨਾਂ ਦਾ ਸਿੱਧਾ ਰਾਜੇ ਨਾਲ ਸੰਬੰਧ ਰੱਖਦੇ ਨੇ। ਉਹਨਾਂ ਕੋਲ ਅਧਿਕਾਰ ਹੁੰਦੇ ਨੇ ਤੇ ਉਹ ਧਨਵਾਨ ਵੀ ਹੁੰਦੇ ਨੇ। ਉਹ ਚੋਰਾਂ ਡਾਕੂਆਂ ਤੋਂ ਡਰਦੇ ਨਹੀਂ, ਉਹ ਸਾਡੇ ਕੋਲੋਂ ਵੀ ਧਨ ਵਸੂਲ ਕਰ ਲੈਂਦੇ ਨੇ। ਸਾਨੂੰ ਵੀ ਉਹਨਾਂ ਦੇ ਆਦਰ ਵਿੱਚ ਝੁਕਣਾ ਹੀ ਪੈਂਦਾ ਹੈ। ਸਾਰੇ ਲੋਕ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਨੇ। ਮੈਨੂੰ ਲੱਗਦਾ ਹੈ ਕਿ ਉਹਨਾਂ ਦੇ ਜੀਵਨ ਵਿੱਚ ਕਦੇ ਕੋਈ ਦੁੱਖ ਨਹੀਂ ਹੋ ਸਕਦਾ, ਉਹੀ ਸਭ ਤੋਂ ਵੱਧ ਸੁਖੀ ਹੋਣਗੇ। ਕਾਸ਼ ਮੈਂ ਵੀ ਰਾਜੇ ਦਾ ਇੱਕ ਅਧਿਕਾਰੀ ਹੁੰਦਾ, ਤਾਂ ਮੈਂ ਵੀ ਆਪਣੀ ਜ਼ਿੰਦਗੀ ਵਿੱਚ ਸੁੱਖ ਨਾਲ ਬਿਤਾ ਰਿਹਾ ਹੁੰਦਾ। ਕੁੜੀ ਬੋਲੀ, ਕੀ ਤੁਸੀਂ ਕਿਸੇ ਅਧਿਕਾਰੀ ਨੂੰ ਜਾਣਦੇ ਹੋ? ਕੀ ਤੁਸੀਂ ਮੈਨੂੰ ਉਹਦੇ ਨਾਲ ਮਿਲਵਾ ਸਕਦੇ ਹੋ? ਮੈਂ ਉਹਨੂੰ ਆਪਣੇ ਨਾਲ ਲੈ ਜਾਂਦੀ ਹਾਂ ਜੇ ਉਹ ਸਭ ਤੋਂ ਸੁਖੀ ਹੋਏ ਤਾਂ। ਉਸ ਮਹਾਤਮਾ ਨੇ ਮੈਨੂੰ ਕੁਝ ਐਸੀ ਚੀਜ਼ ਦੇਣੀ ਹੈ ਜਿਹਦੇ ਨਾਲ ਮੈਂ ਨਾਲੇ ਤਾਂ ਸੋਹਣੀ ਹੋ ਜਾਵਾਂਗੀ ਅਤੇ ਨਾਲੇ ਸੁਖੀ ਬਣ ਜਾਵਾਂਗੀ। ਵਪਾਰੀ ਨੂੰ ਉਸ ਕੁੜੀ 'ਤੇ ਦਇਆ ਆ ਗਈ ਅਤੇ ਉਸਨੇ ਉਸ ਕੁੜੀ ਨੂੰ ਇੱਕ ਅਧਿਕਾਰੀ ਨਾਲ ਮਿਲਵਾ ਦਿੱਤਾ ਜਿਸ ਨੂੰ ਉਹ ਜਾਣਦਾ ਸੀ। ਕੁੜੀ ਅਧਿਕਾਰੀ ਨੂੰ ਮਿਲੀ ਅਤੇ ਬੋਲੀ, ਕੀ ਤੁਸੀਂ ਮੇਰੇ ਨਾਲ ਚੱਲ ਸਕਦੇ ਹੋ? ਮੈਨੂੰ ਇੱਕ ਮਹਾਤਮਾ ਮਿਲੇ ਨੇ। ਕੁੜੀ ਨੇ ਉਹ ਸਾਰੀ ਗੱਲ ਦੱਸੀ ਅਤੇ ਅਧਿਕਾਰੀ ਵੀ ਕੁੜੀ ਦੀ ਗੱਲ ਸੁਣ ਕੇ ਬੋਲਿਆ, ਕਿ ਤੈਨੂੰ ਕਿਹਨੇ ਕਿਹਾ ਹੈ ਕਿ ਮੈਂ ਸੁਖੀ ਹਾਂ? ਮੇਰੇ ਵਰਗਾ ਦੁਖੀ ਇਨਸਾਨ ਤਾਂ ਇਸ ਦੁਨੀਆਂ ਵਿੱਚ ਹੀ ਕੋਈ ਨਹੀਂ ਹੋ ਸਕਦਾ। ਤੈਨੂੰ ਕੁਝ ਨਹੀਂ ਪਤਾ ਸਾਡੇ ਉੱਪਰ ਕਿੰਨਾ ਦਬਾਅ ਹੁੰਦਾ ਹੈ, ਸਾਡੇ 'ਤੇ ਕਿੰਨੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ। ਰਾਜੇ ਦੇ ਹਰ ਇੱਕ ਹੁਕਮ ਨੂੰ ਪੂਰਾ ਕਰਨਾ ਪੈਂਦਾ ਹੈ ਅਤੇ ਉਹ ਹੁਕਮ ਵੀ ਇੰਨੇ ਆਸਾਨੀ ਨਾਲ ਪੂਰੇ ਨਹੀਂ ਹੁੰਦੇ। ਉਹਨਾਂ ਨੂੰ ਪੂਰਾ ਕਰਨ ਲਈ ਸਾਨੂੰ ਕਿੰਨੀਆਂ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਰਾਜਾ ਕਦੇ ਵੀ ਕੋਈ ਵੀ ਹੁਕਮ ਜਾਰੀ ਕਰ ਦਿੰਦਾ ਹੈ ਅਤੇ ਸਾਨੂੰ ਉਹਨੂੰ ਲਾਗੂ ਕਰਨਾ ਪੈਂਦਾ ਹੈ। ਜਨਤਾ ਦਾ ਗੁੱਸਾ ਅਤੇ ਹੋਰ ਮੁਸ਼ਕਲਾਂ, ਇਹ ਸਾਰੇ ਨਤੀਜੇ ਸਾਨੂੰ ਹੀ ਤਾਂ ਝੱਲਣੇ ਪੈਂਦੇ ਨੇ। ਅਤੇ ਤੈਨੂੰ ਲੱਗਦਾ ਹੈ ਕਿ ਮੈਂ ਸੁਖੀ ਹਾਂ? ਕਦੇ ਵੀ ਨਹੀਂ। ਜੇ ਉਹ ਮਹਾਤਮਾ ਤੈਨੂੰ ਸੁਖੀ ਕਰ ਦੇਵੇ ਤਾਂ ਮੈਨੂੰ ਵੀ ਮਿਲਵਾ ਦੇਣਾ ਉਸ ਮਹਾਤਮਾ ਦੇ ਨਾਲ ਅਤੇ ਮੈਂ ਵੀ ਸੁਖੀ ਹੋ ਜਾਵਾਂਗਾ। ਆਪਣੀ ਜ਼ਿੰਦਗੀ ਨੂੰ ਖੁਸ਼ੀ ਖੁਸ਼ੀ ਬਿਤਾਉਣਾ ਚਾਹੁੰਦਾ ਹਾਂ। ਕੁੜੀ ਹੈਰਾਨ ਹੋ ਕੇ ਅਧਿਕਾਰੀ ਨੂੰ ਬੋਲੀ, ਜਿੱਥੋਂ ਤੱਕ ਮੈਂ ਸੋਚਦੀ ਸੀ ਕਿ ਤੁਸੀਂ ਸਭ ਤੋਂ ਵੱਧ ਸੁਖੀ ਹੋਵੋਗੇ, ਪਰ ਤੁਸੀਂ ਵੀ ਸੁਖੀ ਨਹੀਂ ਹੋ। ਤੁਹਾਨੂੰ ਕੀ ਲੱਗਦਾ ਹੈ
ਕਿ ਇਸ ਦੁਨੀਆ ਵਿੱਚ ਸਭ ਤੋਂ ਵੱਧ ਸੁਖੀ ਕੌਣ ਹੈ। ਜੋ ਸਭ ਤੋਂ ਜ਼ਿਆਦਾ ਸੁਖੀ ਹੋਵੇ। ਕੁੜੀ ਦੀਆਂ ਗੱਲਾਂ ਸੁਣ ਕੇ ਅਧਿਕਾਰੀ ਬੋਲਿਆ, ਹਾਂ ਮੈਨੂੰ ਲੱਗਦਾ ਹੈ ਕਿ ਰਾਜਾ ਸਭ ਤੋਂ ਜ਼ਿਆਦਾ ਸੁਖੀ ਇਨਸਾਨ ਹੈ ਅਤੇ ਉਹ ਸਾਡੇ ਰਾਜ ਦਾ ਰਾਜਾ। ਉਸਨੂੰ ਕਿਸੇ ਦੀ ਸੁਣਨੀ ਨਹੀਂ ਪੈਂਦੀ। ਉਹ ਸਾਡੇ ਲਈ ਨਿਯਮ ਬਣਾਉਂਦਾ ਹੈ, ਹੁਕਮ ਦਿੰਦਾ ਹੈ, ਲੋਕ ਉਸਦੇ ਅੱਗੇ ਝੁਕਦੇ ਨੇ। ਉਹਦੇ ਕੋਲ ਨਾ ਤਾਂ ਧਨ ਦੀ ਕਮੀ ਆ ਅਤੇ ਨਾ ਹੀ ਜ਼ਮੀਨ ਜਾਇਦਾਦ ਦੀ। ਸਾਰੀ ਧਰਤੀ ਨੂੰ ਵੀ ਉਸਨੇ ਜਿੱਤ ਲਿਆ ਹੈ। ਉਹ ਸਾਰਿਆਂ ਦੇ ਮਾਲਕ ਨੇ, ਸਭ ਤੋਂ ਉੱਚੇ ਨੇ, ਉਹੀ ਸੁਖੀ ਇਨਸਾਨ ਹੈ। ਕਾਸ਼ ਮੈਂ ਵੀ ਕਿਸੇ ਰਾਜੇ ਦੇ ਘਰ ਜੰਮਿਆ ਹੁੰਦਾ ਤਾਂ ਮੈਂ ਵੀ ਬਹੁਤ ਜ਼ਿਆਦਾ ਸੁਖੀ ਹੋਣਾ ਸੀ। ਅਧਿਕਾਰੀ ਦੀਆਂ ਇਹ ਸਾਰੀਆਂ ਗੱਲਾਂ ਸੁਣ ਕੇ ਕੁੜੀ ਅਧਿਕਾਰੀ ਨੂੰ ਬੋਲੀ, ਕੀ ਤੁਸੀਂ ਮੈਨੂੰ ਰਾਜੇ ਨਾਲ ਮਿਲਵਾ ਸਕਦੇ ਹੋ? ਮੈਨੂੰ ਇੱਕ ਵਾਰ ਰਾਜੇ ਨਾਲ ਮਿਲਵਾ ਦਿਓ, ਤੁਹਾਡੀ ਬਹੁਤ ਮਿਹਰਬਾਨੀ ਹੋਵੇਗੀ। ਮੈਂ ਸਿਰਫ ਇੱਕ ਵਾਰ ਰਾਜੇ ਨੂੰ ਮਿਲਣਾ। ਕੁੜੀ ਦੇ ਚਿਹਰੇ ਨੂੰ ਦੇਖ ਕੇ ਅਧਿਕਾਰੀ ਨੂੰ ਉਸ 'ਤੇ ਦਇਆ ਆ ਗਈ ਅਤੇ ਉਹ ਕਹਿੰਦਾ ਹੈ, ਚਲੋ ਠੀਕ ਹੈ, ਮੈਂ ਅੱਜ ਰਾਜ ਦਰਬਾਰ ਹੀ ਜਾ ਰਿਹਾ ਹਾਂ, ਮੇਰੇ ਨਾਲ ਚੱਲੋ, ਉੱਥੇ ਰਾਜੇ ਨੂੰ ਪੁੱਛਣਾ ਜੋ ਪੁੱਛ ਲੈਣਾ। ਇਹ ਕਹਿ ਕੇ ਅਧਿਕਾਰੀ ਕੁੜੀ ਨੂੰ ਰਾਜ ਦਰਬਾਰ ਲੈ ਗਿਆ। ਰਾਜ ਦਰਬਾਰ ਵਿੱਚ ਪਹੁੰਚਣ ਤੋਂ ਬਾਅਦ ਅਧਿਕਾਰੀ ਰਾਜੇ ਨੂੰ ਕੁੜੀ ਦੀ ਬੇਨਤੀ ਦੱਸਦਾ ਹੈ। ਰਾਜਾ ਇਸ ਕੁੜੀ ਦੀ ਗੱਲ ਸੁਣਨ ਲਈ ਤਿਆਰ ਹੋ ਜਾਂਦਾ ਹੈ ਅਤੇ ਕੁੜੀ ਨੂੰ ਰਾਜ ਦਰਬਾਰ ਵਿੱਚ ਸੱਦਿਆ ਜਾਂਦਾ ਹੈ। ਰਾਜਾ ਕੁੜੀ ਨੂੰ ਕਹਿੰਦਾ ਹੈ, ਤੂੰ ਬਿਨਾਂ ਕਿਸੇ ਦੇ ਡਰ ਤੋਂ ਆਪਣੀ ਗੱਲ ਦੱਸ, ਤੂੰ ਕੀ ਕਹਿਣਾ ਚਾਹੁੰਦੀ ਹੈ, ਮੈਨੂੰ ਕੀ ਪੁੱਛਣਾ ਚਾਹੁੰਦੀ ਹੈ? ਕੁੜੀ ਥੋੜ੍ਹਾ ਜਿਹਾ ਘਬਰਾਉਂਦੇ ਹੋਏ ਡਰਦੀ ਬੋਲੀ, ਕਿ ਰਾਜਾ ਸਾਹਿਬ, ਮੈਂ ਇੱਕ ਪੂਰੀ ਤਰ੍ਹਾਂ ਸੁਖੀ ਵਿਅਕਤੀ ਤਲਾਸ਼ ਕਰ ਰਹੀ ਹਾਂ। ਮੈਨੂੰ ਇੱਕ ਮਹਾਤਮਾ ਮਿਲੇ ਅਤੇ ਜਿਨ੍ਹਾਂ ਨੇ ਮੈਨੂੰ ਕਿਹਾ ਕਿ ਜੇ ਮੈਂ ਕਿਸੇ ਐਸੇ ਵਿਅਕਤੀ ਨੂੰ ਉਹਨਾਂ ਨਾਲ ਮਿਲਾ ਦੇਵਾਂ ਜੋ ਪੂਰਨ ਤੌਰ 'ਤੇ ਸੁਖੀ ਹੈ, ਉਹ ਮੈਨੂੰ ਖੂਬਸੂਰਤ ਬਣਾ ਦੇਣਗੇ ਅਤੇ ਸੁਖੀ ਵੀ ਬਣਾ ਦੇਣਗੇ। ਕਾਫ਼ੀ ਲੋਕਾਂ ਨਾਲ ਮਿਲਣ ਤੋਂ ਬਾਅਦ ਮੈਨੂੰ ਇਹ ਪਤਾ ਲੱਗਾ ਕਿ ਤੁਸੀਂ ਹੀ ਇਸ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਸੁਖੀ ਵਿਅਕਤੀ ਹੋ। ਤੁਸੀਂ ਮੇਰੇ ਨਾਲ ਉਸ ਮਹਾਤਮਾ ਕੋਲ ਚੱਲ ਸਕਦੇ ਹੋ, ਤੁਹਾਡਾ ਬਹੁਤ ਅਹਿਸਾਨ ਹੋਵੇਗਾ। ਰਾਜਾ ਉਸ ਕੁੜੀ ਦੀ ਗੱਲ ਧਿਆਨ ਨਾਲ ਸੁਣਦਾ ਹੈ ਅਤੇ ਫਿਰ ਜ਼ੋਰ ਨਾਲ ਹੱਸਣਾ ਸ਼ੁਰੂ ਕਰ ਦਿੰਦਾ ਹੈ। ਉਹ ਕੁੜੀ ਨੂੰ ਕਹਿੰਦਾ ਹੈ, ਅੱਛਾ, ਜਿਵੇਂ ਸਭ ਨੂੰ ਲੱਗਦਾ ਹੈ ਤੈਨੂੰ ਵੀ ਇੱਦਾਂ ਹੀ ਲੱਗਦਾ ਹੈ ਕਿ ਮੈਂ ਇਸ ਦੁਨੀਆ 'ਤੇ ਸਭ ਤੋਂ ਜ਼ਿਆਦਾ ਸੁਖੀ ਵਿਅਕਤੀ ਹਾਂ, ਪਰ ਜੇ ਕੋਈ ਮੈਨੂੰ ਪੁੱਛੇ ਕਿ ਇਸ ਦੁਨੀਆ ਦਾ ਸਭ ਤੋਂ ਵੱਧ ਦੁਖੀ ਇਨਸਾਨ ਕੌਣ ਹੈ ਤਾਂ ਮੈਂ ਕਹਾਂਗਾ ਕਿ ਉਹ ਮੈਂ ਹੀ ਹਾਂ। ਬੇਟਾ, ਮੇਰੇ ਕੋਲ ਨੀਂਦ ਨਹੀਂ ਹੈ, ਮੇਰੇ ਕੋਲ ਆਰਾਮ ਨਹੀਂ ਹੈ, ਮੈਂ ਠੀਕ ਢੰਗ ਨਾਲ ਸੌਂ ਵੀ ਨਹੀਂ ਸਕਦਾ। ਸੁਰੱਖਿਆ ਦੇ ਆਦਮੀ ਹਮੇਸ਼ਾ ਮੇਰੇ ਆਸ ਪਾਸ ਰਹਿੰਦੇ ਨੇ, ਉਹਨਾਂ ਦੇ ਬਿਨਾਂ ਮੈਂ ਕਿਤੇ ਇਕੱਲਾ ਵੀ ਨਹੀਂ ਜਾ ਸਕਦਾ। ਜਿਵੇਂ ਹੀ ਮੈਨੂੰ ਕੋਈ ਆਵਾਜ਼ ਆਉਂਦੀ ਹੈ ਮੇਰੀ ਨੀਂਦ ਟੁੱਟ ਜਾਂਦੀ ਹੈ, ਬੇਚੈਨੀ ਲੱਗ ਜਾਂਦੀ ਹੈ, ਹਮੇਸ਼ਾ ਇੱਕ ਡਰ ਬਣਿਆ ਰਹਿੰਦਾ ਹੈ ਕਿਉਂਕਿ ਮੇਰੇ ਦੁਸ਼ਮਣ ਮੇਰੇ ਹੀ ਘਰ ਵਿੱਚ ਨੇ। ਮੈਨੂੰ ਇਹ ਪਤਾ ਨਹੀਂ ਸੀ ਕਿ ਕੌਣ ਕਦੋਂ ਕਿੱਥੇ ਮੇਰੇ 'ਤੇ ਵਾਰ ਕਰ ਸਕਦਾ ਹੈ। ਇੱਥੇ ਰਾਜ ਦਰਬਾਰ ਵਿੱਚ ਬੈਠੇ ਹੋਏ ਵੀ ਸਾਰੇ ਲੋਕਾਂ ਵਿੱਚ ਪਤਾ ਨਹੀਂ ਕਿਹੜਾ ਮੇਰਾ ਦੁਸ਼ਮਣ ਬੈਠਾ। ਇੱਥੇ ਬੈਠਾ ਹਰ ਇੱਕ ਵਿਅਕਤੀ ਮੇਰੇ ਦਰਬਾਰ ਦਾ ਹੈ, ਪਰ ਮੈਨੂੰ ਹਰ ਕਿਸੇ 'ਤੇ ਸ਼ੱਕ ਕਰਨਾ ਪੈਂਦਾ ਹੈ। ਹਰ ਸਾਹ ਮੇਰੇ ਲਈ ਭਾਰਾ ਲੱਗਦਾ ਹੈ। ਇੰਨੇ ਵੱਡੇ ਰਾਜ ਦੀ ਜ਼ਿੰਮੇਵਾਰੀ ਨਿਭਾਉਣੀ ਇੰਨੀ ਆਸਾਨ ਨਹੀਂ ਹੈ। ਤੈਨੂੰ ਲੱਗਦਾ ਹੋਵੇਗਾ ਕਿ ਰਾਜੇ ਕੋਲ ਸਾਰੇ ਐਸ਼ੋ ਆਰਾਮ ਨੇ, ਧਨ ਹੈ, ਦੌਲਤ ਹੈ, ਜ਼ਮੀਨ ਹੈ, ਜਾਇਦਾਦ ਹੈ, ਅਤੇ ਉਹਨਾਂ ਨੂੰ ਸੁਖੀ ਹੋਣਾ ਵੀ ਚਾਹੀਦਾ ਹੈ। ਪਰ ਤੈਨੂੰ ਦੱਸ ਦੇਵਾਂ ਕਿ ਇਹ ਸਾਰੀਆਂ ਚੀਜ਼ਾਂ ਸੁੱਖ ਨਹੀਂ ਦਿੰਦੀਆਂ। ਕੁੜੀ ਰਾਜੇ ਦੀਆਂ ਗੱਲਾਂ ਸੁਣ ਕੇ ਕਹਿੰਦੀ ਹੈ, ਮੈਨੂੰ ਮਾਫ਼ ਕਰਨਾ, ਪਰ ਜੇਕਰ ਧਨ ਦੌਲਤ ਅਤੇ ਜ਼ਮੀਨ ਜਾਇਦਾਦ ਸੁੱਖ ਨਹੀਂ ਦਿੰਦੀਆਂ ਤਾਂ ਸੁੰਦਰਤਾ ਤਾਂ ਸੁੱਖ ਦੇ ਹੀ ਸਕਦੀ ਹੈ। ਸੋਹਣੇ ਲੋਕਾਂ ਨੂੰ ਹਰ ਕੋਈ ਪਿਆਰ ਕਰਦਾ ਹੈ, ਇੱਜ਼ਤ ਕਰਦਾ ਹੈ। ਰਾਜੇ ਨੇ ਮੁਸਕਰਾਉਂਦੇ ਹੋਏ ਜਵਾਬ ਦਿੱਤਾ, ਅੱਜ ਤੱਕ ਮੈਂ ਜੋ ਵੇਖਿਆ ਹੈ, ਜਿਹੜੇ ਲੋਕ ਚਿਹਰੇ 'ਤੇ ਸੋਹਣੇ ਹੁੰਦੇ ਨੇ ਉਹਨਾਂ ਦੇ ਦਿਲ ਸੋਹਣੇ ਨਹੀਂ ਹੁੰਦੇ।
ਉਹ ਲੋਕ ਤਾਂ ਸਿਰਫ ਇੱਕ ਮੁਖੌਟਾ ਲੈ ਕੇ ਘੁੰਮਦੇ ਨੇ ਅਤੇ ਫਿਰ ਦੂਸਰਿਆਂ ਨੂੰ ਦਿਖਾਉਂਦੇ ਨੇ ਕਿ ਮੈਂ ਕਿੰਨਾ ਸੋਹਣਾ ਵਾਂ। ਪਰ ਸਮਾਂ ਸਭ ਦੀ ਸੁੰਦਰਤਾ ਖੋਹ ਲੈਂਦਾ ਹੈ। ਇੱਕੋ ਇੱਕ ਸੁੰਦਰਤਾ ਤਾਂ ਮਨ ਵਿੱਚ ਹੀ ਆਉਂਦੀ ਹੈ। ਜਿਹਦਾ ਮਨ ਸੋਹਣਾ ਹੁੰਦਾ ਹੈ ਉਹ ਸਦਾ ਹੀ ਸੋਹਣਾ ਰਹਿੰਦਾ ਹੈ। ਕੁੜੀ ਫਿਰ ਪੁੱਛਦੀ ਹੈ, ਫਿਰ ਤੁਸੀਂ ਹੀ ਦੱਸੋ ਕਿ ਤੁਹਾਡੇ ਮੁਤਾਬਿਕ ਇਸ ਦੁਨੀਆ ਵਿੱਚ ਸਭ ਤੋਂ ਸੋਹਣਾ ਅਤੇ ਸੁਖੀ ਕੌਣ ਹੈ? ਰਾਜਾ ਹੱਸ ਕੇ ਬੋਲਿਆ, ਮੇਰੇ ਮੁਤਾਬਿਕ ਤਾਂ ਇੱਕ ਗਰੀਬ ਵਿਅਕਤੀ ਜੋ ਦੋ ਵੇਲੇ ਦੀ ਰੋਟੀ ਕਮਾ ਸਕਦਾ ਹੈ, ਜਿਸ ਨੂੰ ਕੋਈ ਫਿਕਰ ਨਹੀਂ, ਕੋਈ ਬੰਧਨ ਨਹੀਂ, ਜੋ ਕਿਤੇ ਵੀ ਘੁੰਮ ਸਕਦਾ ਹੈ, ਜਿਸ ਨੂੰ ਕੁਝ ਵੀ ਲੁੱਟੇ ਜਾਣ ਦਾ ਡਰ ਨਹੀਂ ਹੈ, ਜਿਸ ਨੂੰ ਰਾਤ ਨੂੰ ਚੰਗੀ ਨੀਂਦ ਆਉਂਦੀ ਹੈ, ਉਸ ਨੂੰ ਮੈਂ ਸਭ ਤੋਂ ਵੱਧ ਸੁਖੀ ਸਮਝਦਾ ਹਾਂ। ਇਸੇ ਤਰ੍ਹਾਂ ਮੈਂ ਤੈਨੂੰ ਵੇਖਿਆ ਕਿ ਤੂੰ ਹੀ ਸਭ ਤੋਂ ਵੱਧ ਸੁਖੀ ਹੈ, ਕਿ ਤੇਰੇ ਕੋਲ ਨੀਂਦ ਹੈ, ਚੰਗਾ ਦਿਲ ਹੈ, ਚਾਰੇ ਪਾਸੇ ਖੁੱਲ੍ਹੀਆਂ ਰਾਹਾਂ ਨੇ, ਤੇਰੇ ਕੋਲ ਕੋਈ ਡਰ ਨਹੀਂ ਹੈ, ਕੋਈ ਸਾਜਿਸ਼ ਨਹੀਂ, ਕੋਈ ਚਿੰਤਾ ਨਹੀਂ ਹੈ, ਸਿਰਫ ਜੀਵਨ ਹੈ, ਖੁੱਲ੍ਹਾ ਜੀਵਨ। ਮੇਰੇ ਮੁਤਾਬਿਕ ਸਭ ਤੋਂ ਵੱਧ ਸੁਖੀ ਤੂੰ ਹੀ ਹੈ। ਰਾਜੇ ਦੀਆਂ ਗੱਲਾਂ ਸੁਣ ਕੇ ਕੁੜੀ ਇੱਕ ਪਲ ਲਈ ਤਾਂ ਸੋਚਾਂ ਵਿੱਚ ਪੈ ਜਾਂਦੀ ਹੈ ਅਤੇ ਫਿਰ ਉਸਨੂੰ ਅਹਿਸਾਸ ਹੋ ਜਾਂਦਾ ਹੈ ਕਿ ਸੱਚਮੁੱਚ ਉਹ ਸਭ ਤੋਂ ਸੁਖੀ ਹੈ। ਹੁਣ ਉਹ ਜੋ ਵੀ ਸੀ, ਜਿਵੇਂ ਵੀ ਸੀ, ਉਸਨੂੰ ਆਪਣੇ ਆਪ 'ਤੇ ਮਾਣ ਹੋਣ ਲੱਗਾ। ਸਾਰਾ ਦਿਨ ਉੱਥੇ ਹੀ ਭਟਕਣ ਤੋਂ ਬਾਅਦ ਉਸਦੇ ਅੰਦਰ ਮਾਨਸਿਕ ਤੌਰ 'ਤੇ ਇੱਕ ਸ਼ਾਂਤੀ ਆ ਜਾਂਦੀ ਹੈ। ਉਹ ਮੁੜ ਕੇ ਮਹਾਤਮਾ ਦੇ ਕੋਲ ਆਉਂਦੀ ਹੈ ਅਤੇ ਕਹਿੰਦੀ ਹੈ, ਹੇ ਮਹਾਤਮਾ, ਜਦੋਂ ਮੈਂ ਇੱਥੋਂ ਗਈ ਸਾਂ ਤਾਂ ਮੈਨੂੰ ਲੱਗ ਰਿਹਾ ਸੀ ਕਿ ਮੈਂ ਸਭ ਤੋਂ ਵੱਧ ਦੁਖੀ ਹਾਂ, ਕਿ ਮੈਂ ਸਭ ਤੋਂ ਵੱਧ ਬਦਸੂਰਤ ਹਾਂ, ਪਰ ਜਿਵੇਂ ਜਿਵੇਂ ਮੈਂ ਲੋਕਾਂ ਨੂੰ ਮਿਲਦੀ ਗਈ, ਮੈਨੂੰ ਅਹਿਸਾਸ ਹੁੰਦਾ ਗਿਆ ਕਿ ਇਸ ਦੁਨੀਆ ਵਿੱਚ ਸਭ ਤੋਂ ਸੁਖੀ ਇਨਸਾਨ ਤਾਂ ਮੈਂ ਹੀ ਹਾਂ। ਹਾਂ, ਇਹ ਵੱਖਰੀ ਗੱਲ ਹੈ ਕਿ ਮੈਂ ਕਿਸੇ ਵੀ ਸੁਖੀ ਵਿਅਕਤੀ ਨੂੰ ਤੁਹਾਡੇ ਕੋਲ ਨਹੀਂ ਲਿਆ ਸਕੀ, ਕਿਉਂਕਿ ਮੈਨੂੰ ਲੱਗਦਾ ਸੀ ਕਿ ਮੈਨੂੰ ਛੱਡ ਕੇ ਸਾਰੇ ਸੁਖੀ ਨੇ, ਪਰ ਹੁਣ ਤਾਂ ਗੱਲ ਬਿਲਕੁਲ ਉਲਟੀ ਹੋ ਗਈ ਹੈ। ਮੈਨੂੰ ਛੱਡ ਕੇ ਇੱਥੇ ਸਾਰੇ ਹੀ ਦੁਖੀ ਨੇ। ਸਾਰਿਆਂ ਨੂੰ ਕਿਸੇ ਨਾ ਕਿਸੇ ਚੀਜ਼ ਦਾ ਡਰ ਹੈ, ਕਿਸੇ ਨਾ ਕਿਸੇ ਚੀਜ਼ ਨੂੰ ਗਵਾ ਲੈਣ ਦਾ ਡਰ ਹੈ, ਕੁਝ ਨਾ ਪਾਉਣ ਦਾ ਡਰ ਹੈ, ਆਪਣਾ ਜੀਵਨ ਖੁੱਲ੍ਹ ਕੇ ਨਾ ਜੀ ਸਕਣ ਦਾ ਡਰ ਹੈ। ਇਸ ਹਿਸਾਬ ਨਾਲ ਤਾਂ ਮੇਰੇ ਕੋਲ ਸਭ ਕੁਝ ਹੈ। ਮੈਂ ਖੁਸ਼ੀ ਨਾਲ ਝੂਮ ਸਕਦੀ ਹਾਂ, ਗਾ ਸਕਦੀ ਹਾਂ, ਜਿੱਥੇ ਜੀ ਕਰੇ ਉੱਥੇ ਜਾ ਸਕਦੀ ਹਾਂ। ਦੋ ਵੇਲੇ ਦੀ ਰੋਟੀ ਕਮਾਉਣ ਲਈ ਮੇਰੇ ਕੋਲ ਹੱਥ ਪੈਰ ਹਨ। ਮੈਨੂੰ ਕਿਸੇ ਚੀਜ਼ ਦਾ ਕੋਈ ਫਿਕਰ ਨਹੀਂ ਹੈ। ਮੇਰੇ ਕੋਲ ਕੁਝ ਵੀ ਐਸਾ ਨਹੀਂ ਹੈ ਜਿਸ ਨੂੰ ਗਵਾ ਲੈਣ ਦਾ ਡਰ ਹੋਵੇ। ਇਹ ਸੁਣ ਕੇ ਮਹਾਤਮਾ ਕਹਿੰਦੇ ਨੇ ਕਿ ਆਖਿਰਕਾਰ ਇਹਨੂੰ ਉਹ ਸੁੰਦਰਤਾ ਅਤੇ ਸੁੱਖ ਮਿਲ ਹੀ ਗਿਆ। ਹੁਣ ਤੋਂ ਤੂੰ ਸੋਹਣੀ ਅਤੇ ਸੁਖੀ ਹੈ। ਇਹ ਕਹਿ ਕੇ ਮਹਾਤਮਾ ਵਾਪਸ ਚਲੇ ਗਏ ਅਤੇ ਉਹ ਕੁੜੀ ਵੀ ਹੁਣ ਇਹ ਜਾਣ ਚੁੱਕੀ ਸੀ ਕਿ ਉਹ ਸਭ ਤੋਂ ਸੋਹਣੀ ਅਤੇ ਸਭ ਤੋਂ ਸੁਖੀ ਹੈ। ਹੁਣ ਉਸਨੂੰ ਇਸ ਗੱਲ ਦਾ ਕੋਈ ਗਮ ਨਹੀਂ ਸੀ ਕਿ ਕਦੇ ਉਹ ਆਪਣੇ ਆਪ 'ਤੇ ਅਫਸੋਸ ਨਹੀਂ ਕਰਦੀ, ਸਗੋਂ ਹਮੇਸ਼ਾ ਆਪਣੇ ਆਪ ਵਿੱਚ ਖੁਸ਼ ਰਹਿੰਦੀ ਸੀ। ਉਸਦੇ ਮਨ ਵਿੱਚ ਬਹੁਤ ਮਾਣ ਸੀ ਕਿ ਉਹ ਜੋ ਵੀ ਹੈ ਸਹੀ ਹੈ। ਇਸੇ ਤਰ੍ਹਾਂ ਸਾਨੂੰ ਹਮੇਸ਼ਾ ਲੱਗਦਾ ਹੈ ਕਿ ਸਾਡੇ ਕੋਲ ਕੁਝ ਨਹੀਂ ਹੈ ਅਤੇ ਦੂਜਿਆਂ ਕੋਲ ਸਭ ਕੁਝ ਹੈ, ਉਹਨਾਂ ਦਾ ਜੀਵਨ ਬਹੁਤ ਸੁਖੀ ਹੈ। ਪਰ ਅਸਲ ਵਿੱਚ ਇਹ ਸਿਰਫ ਸਾਡੇ ਵੇਖਣ ਦਾ ਨਜ਼ਰੀਆ ਹੁੰਦਾ ਹੈ। ਅਸਲੀ ਸੁੱਖ ਤਾਂ ਸਾਡੇ ਅੰਦਰ ਹੈ, ਉਹ ਹੈ ਸਬਰ, ਸੰਤੋਖ। ਜੇ ਅਸੀਂ ਆਪਣੇ ਆਪ ਨਾਲ ਸੰਤੁਸ਼ਟ ਹਾਂ ਤਾਂ ਸਾਨੂੰ ਕੋਈ ਵੀ ਦੁੱਖ ਡਰਾ ਨਹੀਂ ਸਕਦਾ। ਪਰ ਸਾਡੀ ਸਭ ਤੋਂ ਵੱਡੀ ਤਕਲੀਫ ਇਹੀ ਹੁੰਦੀ ਹੈ ਕਿ ਅਸੀਂ ਆਪਣੇ ਆਪ ਨੂੰ ਨਹੀਂ ਸਗੋਂ ਦੂਜਿਆਂ ਨੂੰ ਵੱਧ ਵੇਖਦੇ ਹਾਂ। ਦੂਜਿਆਂ ਨੂੰ ਖੁਸ਼ ਦੇਖ ਕੇ ਸਾਡੇ ਅੰਦਰ ਈਰਖਾ ਪੈਦਾ ਹੁੰਦੀ ਹੈ ਅਤੇ ਸਾਨੂੰ ਇਹੀ ਲੱਗਦਾ ਹੈ ਕਿ ਸਾਨੂੰ ਛੱਡ ਕੇ ਸਾਰੇ ਸੁਖੀ ਨੇ। ਕਹਾਣੀ ਪਸੰਦ ਆਈ ਹੋਵੇ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ। ਧੰਨਵਾਦ।